ਮਿੰਟੂ ਜੀ ਕਿ ਆਪਾਂ ਅੱਗੇ ਗੱਲ ਕਰੀਏ ਬੜੀ ਦੁੱਖ ਭਰੀ ਖਬਰ ਆ ਰਹੀ ਹੈ ਦੋ ਮੁਸਲਮ ਨੌਜਵਾਨਾਂ ਨੂੰ ਜਿਹੜਾ ਉਹਨਾਂ ਨੂੰ ਜਾਂਦੀ ਸਾੜਤਾ ਮੁੰਡਿਆਂ ਨੂੰ ਜੀ ਬੜੀ ਬੜੀ ਜ਼ਾਲਮਾਨਾ ਘਟਨਾ ਹੈ ਬੜੀ ਜ਼ਾਲਮਾਨਾ ਘਟਨਾ ਮਿਊਨਿਕਸ ਸਕਿਉਰਿਟੀ ਕੌਂਸਲ ਦੇ ਵਿੱਚ ਕੱਲ ਇੱਕ ਲੀਡਰ ਨੇ ਬਿਆਨ ਦਿੱਤਾ ਹੈ ਜੀ ਜਿਹਦੀ ਤਰਥੱਲੀ ਮਚੀ ਪਈ ਹੈ ਪੂਰੀ ਦੁਨੀਆ ਵਿੱਚ ਉਹਨੇ ਕਿਹਾ ਭਾਰਤ ਲੋਕਤੰਤਰ ਹੈ ਪਰ ਮੋਦੀ ਲੋਕਤੰਤਰਕ ਨਹੀਂ ਇਹ ਸਾਡੇ ਪ੍ਰਧਾਨ ਮੰਤਰੀ ਬਾਰੇ ਉਹ ਸ਼ਬਦ ਨੇ ਜਿਹੜੇ ਕਹ ਲੋ ਕਿ ਨੀਵਾ ਦਿਖਾਉਣ ਵਾਲੇ ਨੇ ਕਿਸੇ ਵੀ ਪ੍ਰਧਾਨ ਮੇਰੇ ਖਿਆਲ ਨਾਲ ਇਸ ਤੋਂ ਕੋਈ ਹੋਰ ਉੱਪਰ ਕੋਈ ਨਹੀਂ ਸਕਦੀ ਬੀਕੇਵੀ ਅੱਜ ਬੀਬੀ ਸਿਮਰਤੀ ਹਰਾਨੀ ਨੇ ਜਵਾਬ ਦਿੱਤਾ ਪਰ ਕੀ ਜਵਾਬ ਹੈ ਕਿਉਂਕਿ ਉਹਨੇ ਆਧਾਰ ਬਣਾਇਆ ਐ ਇਸੇ ਚੀਜ਼ ਨੂੰ ਕਿ ਮਾਈਨੋਰਟੀ ਔਰ ਉਹਨਾਂ ਦੇ ਵਿੱਚ ਵੀ ਜੋ ਮਾਈਨੋਰਟੀ ਬਹੁ ਗਿਣਤੀ ਚ ਐ ਮੁਸਲਮਾਨ ਜੀ ਕਿ ਉਹਨਾਂ ਦੇ ਨਾਲ ਸਲੂਕ ਜਿਹੜਾ ਉਹ ਅੱਛਾ ਨਹੀਂ ਹੋ ਰਿਹਾ ਜੀ ਤੇ ਇਹਨਾਂ ਦੇ ਜਿਹੜੇ ਬੰਦੇ ਨੇ ਐਸੇ ਤੇ ਕੋ ਗੱਲ ਇਹ ਐ ਕਿ ਉਹੀ ਹਾਲ ਐ ਆ ਨਰੇਂਦਰ ਮੋਦੀਨ ਤੇ ਇੱਕ ਵਾਰੀ ਇਹਨਾਂ ਨੂੰ ਫਟਕਾਰਾਂ ਵੀ ਪਾਈਆਂ ਸੀ ਯਾਦ ਹੋਏਗਾ ਤੁਹਾਨੂੰ ਅਸਲ 'ਚ ਇਹ ਮਾਮਲਾ ਜਿਹੜਾ ਜੋੜਿਆ ਜਾ ਰਿਹਾ ਨਾ ਜਿਹੜੇ ਪੀੜਤ ਨੇ ਇਹ ਦੋ ਮਤਲਬ ਕਿ ਕਜ਼ਨ ਬ੍ਰਦਰਸ ਸੀ ਸ਼ਾਇਦ ਮੁਸਲਮਾਨਾਂ ਦੇ ਮੁੰਡੇ ਸੀ ਸੋਹਣੇ ਸੁਨੱਖੇ ਸੀ ਇੱਕ ਦੇ ਸਹੁਰੇ ਸੀਗੇ ਤੇ ਉਥੋਂ ਪਰਤ ਰਹੇ ਸੀਗੇ ਇਹਨਾਂ ਨੂੰ ਚੁੱਕਿਆ ਗਿਆ ਜੀ ਦੋਸ਼ ਇਹ ਲੱਗਦਾ ਹੈ ਕਿ ਬਈ ਇਹ ਸ਼ਾਇਦ ਸ਼ੱਕ ਦੇ ਵਿੱਚ ਲੈ ਕੇ ਗਏ ਨੇ ਚੁੱਕ ਕੇ ਕਿ ਇਹ ਗਊ ਤਸਕਰੀ ਕਰਦੇ ਆ ਉਸ ਤੋਂ ਬਾਅਦ ਪੀੜਤਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਨੇ ਵੀ ਮਲਵ ਇਹਨਾਂ ਨੂੰ ਕੁੱਟ ਕੇ ਪੁਲਿਸ ਜਿਹੜੀ ਐ ਉਹ ਕਹਿਹੋ ਜਿਆ ਰੋਲ ਅਦਾ ਕਰ ਰਹੀ ਐ ਕਿ ਜਦੋਂ ਉੱਥੇ ਖੜਿਆ ਗਿਆ ਤਾਂ ਪੁਲਿਸ ਨੇ ਇਹਨਾਂ ਦੇ ਹੈਂਡਓਵਰ ਕਰ ਦਿੱਤਾ ਬੰਦਿਆਂ ਨੂੰ ਕਿ ਤੁਸੀਂ ਲੈ ਜਾਓ ਇਹਨਾਂ ਨੂੰ ਤੁਸੀਂ ਕੁੱਟਿਆ ਉਹਨਾਂ ਨੇ ਲਿਆ ਕੇ ਹਰਿਆਣੇ ਦੇ ਇਹ ਵੈਸੇ ਰਾਜਸਥਾਨ ਦੇ ਸਨ ਬੀਸ ਬੇਸਿਕਲੀ ਜੀ ਤੇ ਹਰਿਆਣੇ ਚ ਲਿਆ ਕੇ ਉਹ ਜਿਹੜੀ ਬਲੇਰੋ ਸੀ ਉਹਨਾਂ ਦੀ ਉਹਨੂੰ ਤਿੱਲੀ ਲਾ ਦਿੱਤੀ ਸੜ ਗਏ ਵਿਚਾਰੇ ਕੰਕਾਲ ਹੀ ਰਹਿ ਗਏ ਉਹ ਸਵੇਰੇ ਕਿਸੇ ਨੇ ਜਦੋਂ ਕਾਲ ਕੀਤੀ ਆ ਜਿਹੜਾ ਹੁੰਦਾ ਇਹਨਾਂ ਦਾ ਸੂਚਨਾ ਕੇਂਦਰ ਹੈਲਪਲਾਈਨ ਜਿਹੜੀ ਹੁੰਦੀ ਐ ਜੀ ਉਹਦੇ ਤੇ ਜਦੋਂ ਕਾਲ ਗਈ ਕਿ ਭਾਈ ਗੱਡੀ ਸੜੀ ਪਈ ਆ ਤੇ ਵਿੱਚ ਇਦਾਂ ਲੱਗਦਾ ਕਿ ਬੰਦੇ ਵੀ ਮੱਚੇ ਪਏ ਨੇ ਜੀ ਉਹਨਾਂ ਨੇ ਆ ਕੇ ਵੇਖਿਆ ਉਹ ਮਤਲਬ ਕਿ ਉਹਦਾ ਕੁਝ ਵੀ ਨਹੀਂ بچਿਆ ਬਲੈਰੋ ਦਾ ਫਿਰ ਉਹ ਜਿਹੜਾ ਹੁੰਦਾ ਕੋਈ ਮਤਲਬ ਕੋਈ ਸਟicker ਜਿਹਾ ਲੱਗਾ ਹੁੰਦਾ 78 ਨੰਬਰ ਵਗੈਰਾ ਉਹਦੇ ਤੋਂ ਗੱਡੀ ਟਰੇਸ ਕੀਤੀ ਗਈ ਤੋਂ ਕਹਿੰਦੇ ਵੀ ਉਹ ਪਹਿਲਾਂ ਹੀ ਕਰਦੇ ਉਹ ਕਹਿੰਦੇ ਵੀ ਅਸੀਂ ਤਾਂ ਲੱਭਦੇ ਫਿਰਦੇ ਸਾਡੇ ਮੁੰਡੇ ਹੁਣ ਚਲੋ ਡੀਐਨਏ ਹੋਏਗਾ ਸਾਰਾ ਕੁਝ ਉਹ ਲਾਸ਼ਾਂ ਦਾ ਲਾਸ਼ ਕਿਹੜੀ ਉਹ ਤਾਂ ਕੰਕਾਲ ਹੀ ਰਹਿ ਗਏ ਨੇ ਪਰ ਇਸ ਘਟਨਾ ਦਾ ਸਿੱਧਾ ਦੋਸ਼ ਲੱਗਾ ਬਜਰੰਗ ਦਲੀਆਂ ਤੇ ਜੀ ਉਹਨਾਂ ਦੇ ਚਾਰ ਪੰਜ ਬੰਦੇ ਨਾਮਜ਼ਦ ਵੀ ਕਰ ਲਿਆ ਗਏ ਨੇ ਪਰ ਇਹ ਕਟੜਪੁਣੇ ਦੀ ਇੰਤਹਾ ਹੈ ਬਹੁਤ ਹੀ ਵੱਡੀ ਮੈਂ ਕਹੂੰਗਾ ਕਿ ਜਾਲਮਾਨਾ ਕਰੂਰਤਾ ਹੈ ਇਹ ਜੀ ਕਿ ਤੁਸੀਂ ਆਪ ਹੀ ਜੱਜ ਬਣ ਗਏ ਆਪ ਹੀ ਵਕੀਲ ਬਣ ਗਏ ਜੀ ਤੇ ਜੇਕਰ ਉਹਨਾਂ ਬੰਦਿਆਂ ਨੂੰ ਥਾਣੇ ਖੜਿਆ ਗਿਆ ਸੀਗਾ ਠੀਕ ਹੈ ਉਹ ਬੰਦੇ ਬਚਦੇ ਜਾਂ ਮਰਦੇ ਉਹ ਉਹਨਾਂ ਦੀ ਕਿਸਮਤ ਆ ਜੀ ਪਰ ਪੁਲਿਸ ਉਹਨਾਂ ਦਰਿੰਦਿਆਂ ਤੋਂ ਵੀ ਵੱਡੀ ਦਰਿੰਦੀ ਨਿਕਲੀ ਕਿ ਭਾਈ ਤੁਸੀਂ ਉਹਨਾਂ ਨੂੰ ਕਟੋ-ਕਟ ਮੈਡੀਕਲ ਏਡ ਦਿਓ ਉਹਨਾਂ ਨੂੰ ਸਹਾਇਤਾ ਦਿਵਾਓ ਦਾਖਲ ਕਰਾਓ ਜੋ ਬਚ ਸਕਦੇ ਆ ਪਰ ਤੁਸੀਂ ਫੇਰ ਪੀੜ ਦੇ ਵਾਲੇ ਕਰ ਦਿੱਤਾ ਜੇ ਦੋਸ਼ ਸੱਚੇ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਜੇ ਹੋਣਗੀਆਂ ਤਾਂ ਫਿਰ ਮੋਦੀ ਦੀ ਆਲੋਚਨਾ ਕਿਉਂ ਨਾ ਹੋਏਗੀ ਕਿਉਂ ਨਾ ਹੋਏਗੀ ਤਾਂ ਉਦੋਂ ਤਾਂ ਹੁਣ ਦੇਖੋ ਉੱਠ ਕੇ ਅੱਗੇ ਉਹ ਜਿਹੜੇ ਰਾਜਸਥਾਨ ਚ ਮਾਰਿਆ ਸੀ ਸ਼ੇਖਾਇਤ ਪਹਿਲੂ ਖਾਨ ਜੀ ਯਾਦ ਹੈ ਨਾ ਕਿ ਉਹਦੇ ਹਤਿਆਰਿਆਂ ਦੀ ਇੱਕ ਤੁਲਨਾ ਕਰ ਦਿੱਤੀ ਇੱਕ ਬੀਬੀ ਨੇ ਕਟੜ ਬੀਬੀ ਨੇ ਜੀ ਕਿ ਇਹ ਤਾਂ ਜੀ ਭਗਤ ਸਿੰਘ ਹੋਰਾਂ ਦੇ ਬਰੋਬਰ ਨੇ ਜੀ ਫਿਰ ਉਹ ਉਹ ਨਾ ਹਤਿਆਰਿਆਂ ਨੂੰ ਦੋਸ਼ੀਆਂ ਨੂੰ ਮਤਲਬ ਕਿ ਕਲੀਨ ਚਿੱਟਾਂ ਵਾਸਤੇ ਸੀਆਈਡੀ ਨੇ ਬੜੀ ਰਲ ਕੇ ਗੇਮ ਖੇਢੀ ਤਾਂ ਪੁਲਿਸ ਦਾ ਰੋਲ ਜਿਹੜਾ ਹੈ ਨਾ ਬਹੁਤ ਘਟਿਆ ਰਹਿੰਦਾ ਸਿਆਸਤ ਤੇ ਪੁਲਿਸ ਦਾ ਇਹਨਾਂ ਮਾਮਲਿਆਂ 'ਚ ਜੀ ਜੀ ਤਾਂ ਜ਼ਰੂਰਤ ਇਸੇ ਗੱਲ ਦੀ ਹੈ ਕਿ ਭਾਈ ਇਹ ਇਹਨਾਂ ਨੂੰ ਇੱਕ ਤਾਂ ਜਿਹੜਾ ਕਰਦੇ ਆ ਨਾ ਬਹੁਤ ਜ਼ਿਆਦਾ ਕਿ ਇਹ ਧਰਮ ਦੇ ਰਾਖੇ ਆ ਫਲਾਂ ਢਮਕਾ ਜੀ ਉਹ ਸੋਚ ਜਿਹੜੀ ਉਹ ਮਾਨਸਿਕਤਾ ਹੈ ਉਹ ਬਦਲਨੀ ਜ਼ਰੂਰਤ ਹੈ ਉਹ ਤਾਂ ਛੇਤੀ ਬਦਲੀ ਨਹੀਂ ਜਾਏਗੀ ਪਰ ਪੁਲਿਸ ਨੂੰ ਤੇ ਆਪਣਾ ਰਵਈਆ ਬਦਲਣਾ ਚਾਹੀਦਾ ਹੈ ਨਾ ਬਿਲਕੁਲ ਬਿਲਕੁਲ ਪੁਲਿਸ ਨੂੰ ਆਪਣੀ ਡਿਊਟੀ ਜਿਨਬੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ